ਨਹੀਂ ਇੰਨਾ ਮਾਰ ਆਵਾਜ਼ ਤੁਰ ਪਿਆ ਸ਼ੂਗਰ ਡੈਡੀ ਦਾ ਕੀ ਫਲਾਣਿਆ, ਇਹ ਮੇਰਾ ਸ਼ੂਗਰ ਡੈਡੀ ਆ। ਹਾ ਦੱਸ ਨਵੀਂ ਗੱਲ ਸੁਣ ਲਈ ਹੈ? ਨਹੀਂ ਬਾ ਪਿਓ ਪਿਓ ਦੀ ਉਮਰ ਦੇ ਬੁੱਢੇ ਹੈ, ਉਹ ਰੱਖ ਲਿਆ ਪੰਮੇ ਦੀ ਕੁੜੀ ਵਿਆਹ ਨਹੀਂ ਨਾ ਕਰਵਾਉਣ ਦੀ, ਸਾਰੇ ਮੁਹੱਲੇ 'ਚ ਖਬਰ ਉੱਡੀ ਆ ਜਿੰਨੀ ਜਿਹਨੂੰ ਨਰਸ ਦਾ ਕੋਰਸ ਕਰਾਇਆ ਸੀ। ਆਹੋ ਉਹ ਜਿਹੜੇ ਹਸਪਤਾਲ ਲੱਗੀ ਹੈ ਨਾ ਡਾਕਟਰ ਦੇ, ਉਹ ਵੱਡਾ ਡਾਕਟਰ ਬੁੱਢਾ ਉਹ ਹੀ ਫਿੱਟ ਕਰ ਲਿਆ ਉਹਨੇ। ਹਾਂ ਅਤੇ ਕਹਿਤਾ ਇਹ ਮੈਂ ਵਿਆਹ ਨਹੀਂ ਕਰਾਉਣਾ, ਮੈਂ ਉੱਥੇ ਹੀ ਕਰਾਉਣਾ, ਬੁੱਢੇ ਦੇ ਨਾਲ ਹੀ ਵੱਸਣਾ ਕਿ ਉਹ ਮੇਰਾ ਸ਼ੂਗਰ ਡੈਡੀ ਆ। ਹਾ ਨਹੀਂ ਪਹਿਲਾਂ ਮਾਂ ਨੂੰ ਤਾਂ ਪੁੱਛ ਲਾ ਕਿ ਡੈਡੀ ਹੈ ਉਹ ਰੱਖਣਾ ਕਿ ਨਹੀਂ। ਇੱਕ ਡੈਡੀ ਜਿਹੜਾ ਤੰਦਰੁਸਤ ਹੈ ਉਹ ਛੱਡ ਕੇ ਤੂੰ ਸ਼ੂਗਰ ਡੈਡੀ ਰੱਖ ਲਿਆ ਜਿਹਨੂੰ ਹੋਇਆ ਸ਼ੂਗਰ ਹੋਈ ਆ, ਦੱਸ। ਨਵਾਂ ਰਿਵਾਜ਼ ਤੁਰ ਪਿਆ ਅਤੇ ਮੈਂ ਆਪਣੀ ਕੁੜੀ ਨੂੰ ਪੁੱਛਿਆ ਬਹਾਨੇ ਨਾ ਕਿ ਸੂਲ ਹੈ, ਅਤੇ ਕਹਿੰਦੀ ਮੰਮੀ ਆ ਇਹ ਕਹਿੰਦੀ ਆ ਕਿ ਅੱਜ ਕੱਲ੍ਹ ਜਿਹਦੇ ਕੋਲ ਅਮੀਰ ਬੁੱਢਾ ਹੋਵੇ ਪੈਸਾ ਢੇਲਾ ਜ਼ਿਆਦਾ ਹੋਵੇ ਉਹ ਅੱਜ ਕੱਲ੍ਹ ਜਵਾਨ ਕੁੜੀਆਂ ਰੱਖੀ ਜਾਣਦੀਆਂ ਅਤੇ ਕਹਿ ਦਿੰਦੀਆਂ ਸਾਡਾ ਸ਼ੂਗਰ ਡੈਡੀ। ਮਰ ਜਾਣੀ ਆਪਣੀ ਮਾਂ ਨੂੰ ਤਾਂ ਪਹਿਲਾਂ ਪੁੱਛ ਲੈਂਦੀ ਕਿ ਮੈਂ ਇੱਕ ਡੈਡੀ ਰੱਖਣਾ ਹੋਰ, ਘਰ ਤਾਂ ਹੈਗਾ ਹੀ ਹੈਗਾ ਇੱਕ, ਬਾਹਰ ਰੱਖਣਾ ਸ਼ੂਗਰ ਡੈਡੀ ਉਹ ਵੀ ਆਪ ਦੇ ਵਾਸਤੇ। ਹਾਏ ਨਾਮ ਡੈਡੀ ਰੱਖ ਦਿੱਤਾ ਅਤੇ ਰੱਖਿਆ ਆਪ ਦੇ ਵਾਸਤੇ। ਫਲੈਟ ਲੈ ਕੇ ਦਿੱਤੇ, ਗੱਡੀਆਂ ਲੈ ਕੇ ਦਿੱਤੀਆਂ ਕਿਤੇ ਸ਼ੂਗਰ ਡੈਡੀ ਨੇ। ਹਾਂ ਨਹੀਂ ਪਹਿਲਾਂ ਤਾਂ ਮੈਂ ਆਪਣੇ ਨਾ ਘਰ ਵਾਲੇ ਦੇ ਨਾਮ ਤੋਂ ਜ਼ਮੀਨ ਹਟਾ ਕੇ ਪਹਿਲਾਂ ਆਪਣੇ ਨਾਮ ਕਰਾਉਂਦੀ, ਕਿਤੇ ਕੱਲ੍ਹ ਨੂੰ ਇਹ ਨਾ ਕਿਸੇ ਤਾਂ ਸ਼ੂਗਰ ਬਣ ਜਾਏ। ਸ਼ੂਗਰ ਵੇਖੀ ਮਿਕਸੀ 'ਚ ਕਿਵੇਂ ਪੀਸਦੀ, ਕਿਤੇ ਇਹੋ ਜਿਹਾ ਕਦਮ ਹੋਇਆ।